ਫਤਿਹਗੜ੍ਹ ਸਾਹਿਬ ਵਿਖੇ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਵਿੱਚ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ। ਇਸੇ ਲੜੀ ਦੇ ਤਹਿਤ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਣਯੋਗ ਅਦਾਲਤ ਦੀਆਂ ਹਦਾਇਤਾਂ ਮੁਤਾਬਿਕ ਪਿੰਡ ਦੇ ਟੋਭੇ ਤੇ ਹੋਏ ਕਈ ਸਾਲ ਪੁਰਾਣੇ ਨਾਜਾਇਜ਼ ਕਬਜ਼ੇ ਨੂੰ BDPO ਜਸਵੀਰ ਸਿੰਘ ਮਨਹਾਸ ਦੀ ਅਗਵਾਈ ਵਿੱਚ ਹਟਾਇਆ ਗਿਆ। ਸਰ, ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਜੀ ਕੇਸ ਚੱਲਦਾ ਤਾ ਜੀ, ਪਹਿਲਾਂ ਅਸੀਂ ਉਹ ਜਿੱਤ ਗਏ, ਸਾਨੂੰ ਇਹ ਕਬਜ਼ਾ ਲੈਣ ਨਹੀਂ ਦਿੰਦੇ। ਅੱਜ BDO ਸਾਹਿਬ ਨੇ ਦਵਾਇਆ ਜੀ। ਕੀ ਪ੍ਰੋਬਲਮ ਦੀ ਇਹ ਪ੍ਰੋਬਲਮ ਸਾਨੂੰ ਜੀ, ਸਾਡਾ ਪਾਣੀ ਨਹੀਂ ਨਿਕਲਦਾ ਜੀ, ਕਿਧਰੇ ਨੂੰ ਸਾਡੇ ਅੰਦਰਾਂ 'ਚ ਵੜਦਾ ਜੀ ਪਾਣੀ। ਅਸੀਂ ਸਰਪੰਚ ਨੂੰ ਕਹਿੰਦੇ ਵੀ ਸਾਡੇ ਪਾਣੀ ਨਹੀਂ ਨਿਕਾਲ ਕਰੋ ਜੀ, ਕਿਧਰੇ ਨਿਕਲਦਾ ਨਹੀਂ ਸਰ। ਸਰ, ਹੁਣ ਸਾਡਾ ਮਸਲਾ ਹੱਲ ਹੋ ਗਿਆ ਜੀ, BDO ਸਾਹਿਬ ਨੇ ਕਰਾਤਾ ਜੀ। 5 ਕਨਾਲ ਦੇ ਕਰੀਬ ਜਗ੍ਹਾ ਆ ਪਿੰਡ ਦੀ, ਜਿਹੜੀ ਟੋਭਾ ਸੀਗਾ ਇਹਦੇ 'ਤੇ ਕੋਈ 20-22 ਸਾਲ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ। ਉਹਦੇ ਤੋਂ ਪਿਛਲੇ 9 ਸਾਲਾਂ ਤੋਂ ਕਚਹਿਰੀ ਦੇ ਵਿੱਚ ਕੇਸ ਚੱਲਦਾ ਸੀ। ਪਹਿਲਾਂ DDPO ਦੀ ਕੋਰਟ ਦੇ ਵਿੱਚ ਕੇਸ ਸੀ, ਉਹ ਵੀ ਪੰਚਾਇਤ ਦੇ ਹੱਕ 'ਚ ਹੋਇਆ। ਉਸ ਤੋਂ ਬਾਅਦ ਸਿਵਲ ਕੋਰਟ ਦੇ ਵਿੱਚ ਕੇਸ ਸੀ, ਉਹ ਵੀ ਪੰਚਾਇਤ ਦੇ ਹੱਕ ਦੇ ਵਿੱਚ ਹੋਇਆ। ਅਤੇ ਉਸ ਤੋਂ ਬਾਅਦ ਕਬਜ਼ਾ ਵਾਰੰਟ ਲੈ ਕੇ ਆਪਾਂ ਅੱਜ ਇਹ ਟੋਭੇ ਦਾ ਜਿਹੜਾ ਜਿੰਨੇ ਵੀ ਨਜਾਇਜ਼ ਕਬਜ਼ੇ ਹੋਏ ਨੇ ਉਹਨੂੰ ਹਟਾਉਣ ਦਾ ਕੰਮ ਕਰ ਰਹੇ ਹਾਂ। ਕਿੰਨੀ ਕੰਮ ਆਮਦਨ ਸੀ ਪਿੰਡ ਨੂੰ, ਜਿਹੜੇ ਪਿੰਡ ਦੇ ਕੇਸ ਲੜੇ ਹੈਗੇ ਜੀ? ਪਿੰਡ ਦੀ ਆਪਣੀ ਕੋਈ ਆਮਦਨ ਨਹੀਂ ਹੈ। 70-80 ਘਰਾਂ ਦਾ ਪਾਣੀ ਇਹ ਜਗ੍ਹਾ 'ਤੇ ਗਿੱਧਾ ਸੀ। ਇਹਨਾਂ 20-25-25 ਸਾਲ ਤੋਂ ਕਬਜ਼ਦਾਰ ਸੀ ਇਹ। ਫਿਰ 9 ਸਾਲ ਪਹਿਲਾਂ ਕੇਸ ਪਾਇਆ ਸੀ ਇਹਨਾਂ ਨੇ ਸਾਡੇ 'ਤੇ, ਪੰਚਾਇਤ 'ਤੇ, ਗ੍ਰਾਮ ਪੰਚਾਇਤ 'ਤੇ ਕੇਸ ਪਾਇਆ ਸੀ। ਅਤੇ ਉਹ ਗ੍ਰਾਮ ਪੰਚਾਇਤ ਲੋਅਰ ਕੋਰਟ ਵੀ ਜਿੱਤ ਗਈ। ਫਿਰ DDPO 'ਤੇ ਪਾਇਆ, DDPO ਸਾਹਿਬ ਨੇ ਵੀ ਸਾਡੇ ਪੰਚਾਇਤ ਦੇ ਹੱਕ ਵਿੱਚ ਕਰਤਾ ਸੀ। ਅੱਜ BDO ਸਾਹਿਬ ਦੀ ਮੇ ਉਹਨਾਂ ਨਾਲ ਆਸ਼ੀਰਵਾਦ ਨਾਲ ਪੂਰੀ ਇਹਨਾਂ ਤਨਦੇਹੀ ਨਾਲ ਪੁਲਿਸ ਬੁਲਾ ਕੇ ਐਨ ਸਹੀ ਤਰੀਕੇ ਨਾਲ ਜਿੱਕਣਾ, ਗੌਰਮੈਂਟ ਦੀ ਹਦਾਇਤਾਂ ਅਨੁਸਾਰ, ਕੋਰਟ ਦੀਆਂ ਹਦਾਇਤਾਂ ਅਨੁਸਾਰ ਸਾਨੂੰ ਕਬਜ਼ਾ ਪਿੰਡ ਨੂੰ ਦਵਾ ਰਹੇ ਹਾਂ। ਸਾਡਾ ਪਿੰਡ ਇਸ ਚੀਜ਼ 'ਤੇ ਬਹੁਤ ਖੁਸ਼ ਹੈ।